हाँ जी दोस्तों, अज असी गल करांगे पंजाबी इंडस्ट्री दे मॉडल, सिंगर, एक्टर ते वीडियो डायरेक्टर परू दे बारे दे विच। परू यंग जनरेशन दा आइडियल मन्या जांदा है। परू यानी कि परमेश वर्मा की लाइफ के बारे में जानने वास्ते इस वीडियो को पूरा देखियो। अगर तुसी मेरे चैनल पर नवे हो तो मेरा चैनल जरूर सब्सक्राइब कर लियो ताकि आने वाली हर मेरी नवी वीडियो तुहानू मिल सके। परमेश वर्मा 3 जुलाई 1990 पटियाला पंजाब इंडिया में पैदा हुए। परमेश ने अपनी पढ़ाई पटियाला के एक पब्लिक स्कूल तो ही की। परमेश का पढ़ाई दे विच कुछ ज़्यादा मन नहीं सी लगता, इस वास्ते स्कूल सिर्फ इवेंट विच हिस्सा लैन वास्ते जाते सन। स्कूल इवेंट दे विच परमेश वर्मा ने थिएटर, सिंगिंग ते डांसिंग एक्टिविटी दे विच हिस्सा लिया। फिर परमेश वर्मा ने एक कॉलेज विच एडमिशन लिया, लेकिन कुछ रीज़न करके उन्होंने कॉलेज तो ड्रॉप आउट कर दिया गया। फिर परमेश वर्मा ने अपनी स्टडी ते सैटिंग वास्ते सिडनी आस्ट्रेलिया मूव हो गए। ऑस्ट्रेलिया ਦੇ ਵਿੱਚ ਪਰਮੇਸ਼ ਵਰਮਾ ਨੇ ਬਹੁਤ ਸਾਰੇ ਕੰਮ ਕੀਤੇ, ਜਿੱਦਾਂ ਕਿ ਹੋਟਲ ਦੇ ਵਿੱਚ ਡਿਸ਼ਵਾਸ਼ਿੰਗ, ਸਿਕਿਉਰਿਟੀ ਗਾਰਡ ਜੈਸੇ ਬਹੁਤ ਸਾਰੇ ਕੰਮ ਕੀਤੇ। ਪਰਮੇਸ਼ ਵਰਮਾ ਦੇ ਫਾਦਰ ਦਾ ਨਾਮ ਡਾਕਟਰ ਸਤੀਸ਼ ਵਰਮਾ, ਜੋ ਕਿ ਪ੍ਰੋਫੈਸਰ, ਪੋਇਟ ਤੇ ਥੀਏਟਰ ਆਰਟਿਸਟ ਨੇ। ਪਰਮੇਸ਼ ਦੀ ਮਦਰ ਦਾ ਨਾਮ ਪਰਮਜੀਤ ਵਰਮਾ, ਜੋ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਪ੍ਰੋਫੈਸਰ ਨੇ। ਮੀਸ਼ ਨੇ 17 ਅਕਤੂਬਰ 2021 ਨੂੰ ਆਪਣੀ ਗਰਲਫ੍ਰੈਂਡ ਨਾਲ ਸ਼ਾਦੀ ਕੀਤੀ, ਜਿਹਦਾ ਨਾਂ ਗੀਤ ਗਰੇਵਾਲ ਹੈ, ਜੋ ਕਿ ਕੈਨੇਡਾ ਵਿੱਚ ਇੱਕ ਲਾਇਰ ਅਤੇ ਪੋਲੀਟੀਕਲ ਲੀਡਰ ਨੇ। ਪਰਮੀਸ਼ ਵਰਮਾ ਦਾ ਇੱਕ ਛੋਟਾ ਭਰਾ ਹੈ ਜਿਹਦਾ ਨਾਂ ਸੁਖਨ ਹੈ। ਪਰਮੀਸ਼ ਜੀ ਤੋਂ ਆਸਟ੍ਰੇਲੀਆ ਵਿੱਚ ਪੜ੍ਹਦੇ ਸੀ, ਉਹਨਾਂ ਦੀ ਮੁਲਾਕਾਤ ਗੁਰਦਾਸ ਮਾਨ ਦੇ ਬੇਟੇ ਨਾਲ ਹੋਈ। ਪਰਮੀਸ਼ ਦੀ ਫੈਮਿਲੀ ਅਤੇ ਗੁਰਦਾਸ ਮਾਨ ਦੀ ਫੈਮਿਲੀ ਆਪਸ 'ਚ ਕਾਫੀ ਕਲੋਜ਼ ਨੇ। ਗੁਰਦਾਸ ਮਾਨ ਦੇ ਬੇਟੇ ਨੇ ਪਰਮੀਸ਼ ਵਰਮਾ ਨੂੰ ਮੋਟੀਵੇਟ ਕੀਤਾ ਕਿ ਤੂੰ ਇੰਡੀਆ ਜਾ ਔਰ ਆਪਣੇ ਸੁਪਨਿਆਂ ਨੂੰ ਪੂਰਾ ਕਰ। ਫਿਰ ਪਰਮੀਸ਼ ਵਰਮਾ ਇੰਡੀਆ ਮੂਵ ਹੋ ਗਏ। 2014 ਵਿੱਚ ਪਰਮੀਸ਼ ਵਰਮਾ ਇੰਡੀਆ ਆਇਆ ਅਤੇ ਆਪਣੀ ਪਹਿਲੀ ਵੀਡੀਓ ਸ਼ੂਟ ਕੀਤੀ, ਜਿਹਦਾ ਨਾਂ ਸੀ ਜ਼ਿੰਮੇਵਾਰੀ, ਭੁੱਖ ਅਤੇ ਦੂਰੀ, ਜੋ ਪਰਮੀਸ਼ ਵਰਮਾ ਨੇ ਆਪਣੀ ਸਟਰਗਲ ਲਾਈਫ ਦੇ ਉੱਤੇ ਡਾਇਰੈਕਟ ਕੀਤਾ ਸੀ। ਇਸ ਤੋਂ ਬਾਅਦ ਪਰਮੀਸ਼ ਵਰਮਾ ਨੇ ਨਿੰਜੇ ਨਾਲ ਬਹੁਤ ਸਾਰੇ ਵੀਡੀਓ ਸੌਂਗ ਡਾਇਰੈਕਟ ਕੀਤੇ, ਜੈਸਾ ਕਿ ਠੋਕਦਾ ਰਿਹਾ, ਗੱਲ ਜੱਟਾਂ ਵਾਲੀ, ਆਦਤ, ਲਸੈਂਸ, ਜੋ ਸਿੱਧੂ ਮੂਸੇਵਾਲੇ ਦਾ ਪਹਿਲਾ ਲਿਖਿਆ ਹੋਇਆ ਗੀਤ ਸੀ। ਇਹਨਾਂ ਗਾਣਿਆਂ ਤੋਂ ਬਾਅਦ ਪਰਮੀਸ਼ ਵਰਮਾ ਨੂੰ ਇੰਡਸਟਰੀ ਦੇ ਵਿੱਚ ਕਾਫੀ ਨਾਮ ਮਿਲਿਆ। ਇਸ ਤੋਂ ਬਾਅਦ ਪਰਮੀਸ਼ ਵਰਮਾ ਨੇ ਮਨਕੀਰਤ ਦਾ ਗਾਣਾ ਗੱਲਾਂ ਮਿੱਠੀਆਂ ਅਤੇ ਚੂਰੇ ਵਾਲੀ ਬਾਂਹ ਡਾਇਰੈਕਟ ਕੀਤਾ। ਹੁਣ ਅਸੀਂ ਪਰਮੀਸ਼ ਵਰਮਾ ਦੇ ਕੁਛ ਡਾਇਰੈਕਟ ਕੀਤੇ ਹੋਏ ਸੌਂਗ ਤੁਹਾਡੇ ਨਾਲ ਸ਼ੇਅਰ ਕਰਾਂਗੇ। ਖੁਆਬ, ਗਾਨੀ, SP ਦੇ ਰੈਂਗ ਵਰਗੀ, ਯਾਰ ਬੇਲੀ, ਯਾਰਾਂ ਦਾ ਖੁਰਾਕ, 3 ਪੈਕ, ਕਿਊਟ ਮੁੰਡਾ, ਤੇਰੀ ਵੇਟ ਜੈਸੇ ਫੇਮਸ ਸੌਂਗ ਡਾਇਰੈਕਟ ਕੀਤੇ। ਡਾਇਰੈਕਟਿੰਗ ਫੀਲਡ ਦੇ ਵਿੱਚ ਪਰਮੀਸ਼ ਵਰਮਾ ਨੇ ਆਪਣਾ ਨਾਮ ਬਣਾਇਆ ਅਤੇ ਨਾਲ ਹੀ ਨਾਲ ਉਹਨਾਂ ਨੂੰ ਸਿੰਗਿੰਗ ਇੰਡਸਟਰੀ ਦੇ ਵਿੱਚ ਵੀ ਆਉਣ ਦਾ ਚਾਅ ਚੜ੍ਹ ਗਿਆ। 2017 ਵਿੱਚ ਪਰਮੀਸ਼ ਵਰਮਾ ਨੇ ਆਪਣਾ ਪਹਿਲਾ ਡੈਬਿਊ ਟਰੈਕ ਆਲਾ ਚੱਕ ਮੈਂ ਆ ਗਿਆ ਕੀਤਾ, ਜੋ ਕਾਫੀ ਫੇਮਸ ਹੋਇਆ। ਇਸ ਤੋਂ ਬਾਅਦ ਪਰਮੀਸ਼ ਵਰਮਾ ਦਾ ਗਾਣਾ ਗਾਲ ਨਹੀਂ ਕੱਢਣੀ, ਜੋ ਕਿ ਕਾਫੀ ਫੇਮਸ ਹੋਇਆ। ਹੁਣ ਅਸੀਂ ਪਰਮੀਸ਼ ਵਰਮਾ ਦੇ ਕੁਝ ਕੀਤੇ ਹੋਏ ਗਾਣੇ ਤੁਹਾਡੇ ਨਾਲ ਸ਼ੇਅਰ ਕਰਾਂਗੇ। ਚਿੜੀ ਉੱਡ, ਕਾਂ ਉੱਡ, ਛੜਾ, ਕੱਚੇ ਪੱਕੇ ਯਾਰ, ਸਭ ਫੜੇ ਜਾਣਗੇ ਜੋ ਹਲੇ ਤੱਕ ਵੀ ਫੇਮਸ ਹੈ, ਪਿੰਡਾਂ ਵਾਲੇ ਜੱਟ, ਚੱਲ ਓਏ, ਜਬ ਹਮ ਪੜਿਆ ਕਰਤੇ ਥੇ, ਛੱਡ ਗਈ, ਟਿਲ ਡੈਥ, ਮੇਰੀ ਮਰਜ਼ੀ ਜੈਸੇ ਕਾਫੀ ਹਿੱਟ ਸੌਂਗ ਕੀਤੇ। ਡਾਇਰੈਕਟਿੰਗ ਅਤੇ ਸਿੰਗਿੰਗ ਤੋਂ ਬਾਅਦ ਪਰਮੀਸ਼ ਵਰਮਾ ਨੇ ਆਪਣੀ ਐਕਟਿੰਗ ਦਾ ਜਾਦੂ ਵੀ ਚਲਾਇਆ। 2017 ਵਿੱਚ ਪਰਮੀਸ਼ ਵਰਮਾ ਨੇ ਆਪਣੀ ਪਹਿਲੀ ਡੈਬਿਊ ਫਿਲਮ ਰੌਕੀ ਮੈਂਟਲ ਕੀਤੀ, ਜੋ ਕਾਫੀ ਫੇਮਸ ਹੋਈ। ਫਿਰ ਸਿੰਗਮ ਕੀਤੀ, ਦਿਲ ਦੀਆਂ ਗੱਲਾਂ, ਜਿੰਦੇ ਮੇਰੀਏ ਜੈਸੀ ਮੂਵੀ ਵਿੱਚ ਕੰਮ ਕੀਤਾ। ਪਰਮੀਸ਼ ਵਰਮਾ ਨੂੰ ਬਾਡੀ ਬਿਲਡਿੰਗ ਦਾ ਸ਼ੌਕ ਹੈ, ਇਸ ਵਾਸਤੇ ਉਹ ਜਿਮ ਸ਼ਿਮ ਕਰਦੇ ਨੇ। ਪਰਮੀਸ਼ ਵਰਮਾ ਨੇ ਆਪਣੀ ਬਾਡੀ 'ਤੇ ਕੁਛ ਟੈਟੂ ਵੀ ਬਣਵਾਏ ਨੇ।
परमीश वर्मा दे लैफ्ट बाजू ते अपने भरा दा नाम सुखन लिखिया वे। अपनी बॉडी दी बैक साइड ते परमीश वर्मा ने प्राम सत लिखिया है। राइट शोल्डर ते बिलीव लिखिया है। राइट गर्ड्स ते मिलियन टू गो बिफोर आई स्लीप लिखिया है। परमीश नू कारां दा काफ़ी शौक है। वह हर साल अपनी कार चेंज करते ने, लेकिन परमीश की कुछ फेवरेट कार है जो कि फॉर्च्यूनर ते मर्सिडीज बेंज है। हुण असीं परमीश वर्मा की कुछ फेवरेट चीज़ां तुहाडे नाल शेयर करांगे। परमीश वर्मा नू एक्टर दे विच वैन डीजल पसंद है। एक्ट्रेस उन्हां नू सुष्मिता सिंह पसंद है। फिटनेस मॉडल वीजे बनी पसंद है। रैपर बूमिया पसंद है। जगह जिथे वो ट्रैवल करना चाहते हैं वो ग्रीस पसंद है।